ਅੱਜ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵੱਲੋਂ ਜਿੱਥੇ ਕਾਲਜ ਵਿੱਚ ਵੱਖ ਵੱਖ ਫਸਲਾਂ ਉੱਤੇ ਐਕਸਪੈਰੀਮੈਂਟ ਕੀਤੇ ਜਾ ਰਹੇ ਹਨ, ਉੱਥੇ ਅਜਿਹੇ ਬੀਜ ਬੀਜੇ ਜਾ ਰਹੇ ਹਨ ਜਿਸ ਦੀ ਲਾਗਤ ਬਹੁਤ ਘੱਟ ਹੈ ਅਤੇ ਬਾਜ਼ਾਰ ਵਿੱਚ ਕੀਮਤ ਕਾਫੀ ਜ਼ਿਆਦਾ ਹੈ। ਜਿੱਥੇ ਕਿਸਾਨਾਂ ਨੂੰ ਰਵਾਇਤੀ ਫਸਲੀ ਚੱਕਰ ਵਿੱਚੋਂ ਬਾਹਰ ਕੱਢਣ ਦੇ ਲਈ ਕਾਲਜ ਦੇ ਦੋਵੇਂ ਵਿਭਾਗ ਆਪਣਾ ਬਣਦਾ ਯੋਗਦਾਨ ਪਾ ਰਹੇ ਨੇ। ਗੌਰਤਲਬ ਹੈ ਕਿ ਪਚਕੋਈ, ਲੈਕਟਸ, ਵੱਖ ਵੱਖ ਤਰ੍ਹਾਂ ਦੀਆਂ ਸ਼ਿਮਲਾ ਮਿਰਚਾਂ, ਬੰਦ ਗੋਭੀ ਦੀਆਂ ਅਲੱਗ ਅਲੱਗ ਕਿਸਮਾਂ, ਕੇਲੇ ਦੀਆਂ ਆਧੁਨਿਕ ਕਿਸਮਾਂ ਤੋਂ ਇਲਾਵਾ ਬਹੁਤ ਗਿਣਤੀ ਵਿੱਚ ਮੈਡੀਸਨਲ ਪੌਦਿਆਂ ਦੀ ਖੇਤੀ ਕਾਲਜ ਵੱਲੋਂ ਕੀਤੀ ਜਾ ਰਹੀ ਹੈ। ਕਾਲਜ ਦੇ ਪ੍ਰਿੰਸੀਪਲ ਡਾਕਟਰ ਜਸਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਲਜ ਦਾ ਹਮੇਸ਼ਾ ਇਹ ਉਪਰਾਲਾ ਰਿਹਾ ਹੈ ਕਿ ਲੀਹ ਤੋਂ ਕੁਝ ਹਟ ਕੇ ਕੀਤਾ ਜਾਵੇ ਅਤੇ ਕਾਲਜ ਦੇ ਐਗਰੀਕਲਚਰ ਵਿਭਾਗ ਵੱਲੋਂ ਕਿਸਾਨਾਂ ਨੂੰ ਇੱਕ ਮਾਡਲ ਦੇ ਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਵੇਂ ਕਿਸਾਨੀ ਇੱਕ ਲਾਹੇਵੰਦ ਧੰਦਾ ਬਣਾਇਆ ਜਾ ਸਕਦਾ ਹੈ। ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ਼੍ਰੀ ਅਨੰਦਪੁਰ ਸਾਹਿਬ ਦੇ ਵੱਲੋਂ ਦੋ ਵਿਭਾਗ ਜਿਹੜੇ ਖੇਤੀਬਾੜੀ ਵਿਭਾਗ ਅਤੇ ਬੋਟਨੀ ਵਿਭਾਗ ਵੱਲੋਂ ਮਿਲ ਕੇ ਜੁਆਇੰਟ ਵੈਂਚਰ ਨਾਲ ਇਹ ਪ੍ਰੋਜੈਕਟ ਲਗਾਇਆ ਗਿਆ ਹੈ। ਇਸ ਵਿੱਚ ਅਸੀਂ ਆਧੁਨਿਕ ਤਰੀਕੇ ਨਾਲ ਕੁਦਰਤੀ ਖੇਤੀ ਕਰਦੇ ਹਾਂ, ਜਿਸ ਵਿੱਚ ਨਾ ਤਾਂ ਕਿਸੇ ਰਸਾਇਣਿਕ ਖਾਦ ਅਤੇ ਨਾ ਹੀ ਕਿਸੇ ਕੀਟਨਾਸ਼ਕ ਦਵਾਈ ਦਾ ਇਸਤੇਮਾਲ ਕੀਤਾ ਜਾਂਦਾ ਹੈ। ਸਿਰਫ ਜੋ ਕੁਦਰਤੀ ਤਰੀਕੇ ਹੈ ਉਹਨਾਂ ਨੂੰ ਅਪਣਾ ਕੇ ਅਸੀਂ ਇਹ ਔਰਗੈਨਿਕ ਫਾਰਮਿੰਗ ਕਰਦੇ ਹਾਂ। ਇਸ ਦੇ ਇਲਾਵਾ ਅਸੀਂ ਇਸ ਪ੍ਰੋਜੈਕਟ ਦੇ ਵਿੱਚ ਕਿਸਾਨਾਂ ਨੂੰ ਰਵਾਇਤੀ ਫਸਲੀ ਚੱਕਰ 'ਚੋਂ ਕੱਢ ਕੇ ਜੋ ਝੋਨਾ ਅਤੇ ਕਣਕ ਦਾ ਹੈ, ਹੋਰ ਕੁਛ ਐਸੀਆਂ ਨਵੀਆਂ ਫਸਲਾਂ ਦੇ ਬਾਰੇ ਜਾਣਕਾਰੀ ਦੇ ਰਹੇ ਹਾਂ, ਉਹਨਾਂ ਦੇ ਟ੍ਰਾਇਲ ਲਗਾ ਕੇ ਉਹਨੂੰ ਦੱਸ ਰਹੇ ਹਾਂ ਕਿ ਤੁਸੀਂ ਆਪਣੀ ਘੱਟ ਜ਼ਮੀਨ 'ਚੋਂ ਵੀ ਵੱਧ ਮੁਨਾਫਾ ਕਿਸ ਤਰ੍ਹਾਂ ਕਮਾ ਸਕਦੇ ਹਨ। ਇਹ ਸਾਰੀਆਂ ਜਿਹੜਾ ਪ੍ਰੋਜੈਕਟ ਹੈ, ਪ੍ਰਿੰਸੀਪਲ ਸਾਡੇ ਕਾਲਜ ਦੇ ਜਿਹੜੇ ਡਾਕਟਰ ਜਸਵੀਰ ਸਿੰਘ ਨੇ, ਉਹਨਾਂ ਦੀ ਅਗਵਾਈ ਹੇਠ ਚੱਲ ਰਿਹਾ ਹੈ। ਬੜੀ ਸਫਲਤਾਪੂਰਵਕ ਇਹ ਪ੍ਰੋਜੈਕਟ ਚੱਲ ਰਿਹਾ, ਜਿਸ ਨੂੰ ਵਾਸਤੇ ਸਾਨੂੰ ਸਰਕਾਰ ਕੇਂਦਰ ਸਰਕਾਰ ਵੱਲੋਂ ਗ੍ਰਾਂਟ ਵੀ ਦਿੱਤੀ ਗਈ। ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਅਨੰਦਪੁਰ ਸਾਹਿਬ ਵਾਸਤੇ ਬੜੇ ਮਾਣ ਦੀ ਗੱਲ ਹੈ ਕਿ ਕਾਲਜ ਦਾ ਐਗਰੀਕਲਚਰ ਡਿਪਾਰਟਮੈਂਟ ਔਰਗੈਨਿਕ ਖੇਤੀ ਰਾਹੀਂ ਜਿੱਥੇ ਵਾਤਾਵਰਨ ਸੰਭਾਲ ਦਾ ਸੰਦੇਸ਼ ਦੇ ਰਿਹਾ ਹੈ, ਉੱਥੇ ਕਿਸਾਨਾਂ ਨੂੰ ਅੱਜ ਜਦੋਂ ਖੇਤੀ ਘਾਟੇ ਦਾ ਸੌਦਾ ਬਣ ਗਿਆ, ਔਰ ਐਗਜ਼ੋਟਿਕ ਵੈਜੀਟੇਬਲਸ ਰਾਹੀਂ ਲਾਹੇ ਦਾ ਸੌਦਾ ਬਣਾਉਣ ਦਾ ਯਤਨ ਕਰ ਰਿਹਾ ਹੈ। ਸਾਡਾ ਐਗਰੀਕਲਚਰ ਵਿਭਾਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਅਤੇ UGC ਦੇ ਸਹਿਯੋਗ ਨਾਲ ਵੱਖ ਵੱਖ ਪ੍ਰੋਜੈਕਟ 'ਚ ਰਿਸਰਚ 'ਚ ਕੰਮ ਕਰਕੇ ਨੇੜੇ ਤੇੜੇ ਦੇ ਕਿਸਾਨਾਂ ਲਈ ਖੇਤੀ ਦੇ ਉੱਨਤ ਢੰਗਾਂ ਦਾ ਇੱਕ ਮਾਡਲ ਪੇਸ਼ ਕਰ ਰਿਹਾ ਹੈ। ਸੱਚੀ ਗੱਲ ਹੈ ਕਿ ਕਿਸਾਨ ਖੇਤੀ ਬੀਜ ਸਕਦਾ, ਪੈਦਾ ਕਰ ਸਕਦਾ, ਪਰ ਵੱਖਰੇ ਕਿਸਮ ਦੀਆਂ ਨਵੀਆਂ ਖੇਤੀਆਂ ਨੂੰ ਵੇਚਣ ਦੀ ਯੁਗਤ ਢੰਗ ਉਹਦੇ ਕੋਲ ਨਹੀਂ ਹੁੰਦਾ। ਸਿੱਟੇ ਵਜੋਂ ਦੁਬਾਰਾ ਆਪਣੀ ਟ੍ਰੈਡੀਸ਼ਨਲ ਖੇਤੀ 'ਤੇ ਪਰਤ ਆਉਂਦਾ। ਅਸੀਂ ਕੋਸ਼ਿਸ਼ ਕਰਾਂਗੇ ਕਿ ਐਗਜ਼ੋਟਿਕ ਵੈਜੀਟੇਬਲਸ ਨੂੰ ਬੀਜਣ ਦੇ ਤਰੀਕੇ, ਉਹਨੂੰ ਪਾਲਣ ਦੇ ਤਰੀਕੇ ਅਤੇ ਉਹਨੂੰ ਵੱਖ ਵੱਖ ਥਾਵਾਂ 'ਤੇ ਠੀਕ ਰੇਟ 'ਤੇ ਬੀਜਣ ਦੇ ਤਰੀਕੇ ਆਪਣੇ ਨੇੜੇ ਤੇੜੇ ਦੇ ਕਿਸਾਨਾਂ ਨੂੰ ਦੱਸ ਸਕੀਏ। ਇਹਦੇ ਨਾਲ ਉਹਨਾਂ ਦੀ ਜਿੱਥੇ ਉਹ ਆਰਥਿਕ ਤੌਰ 'ਤੇ ਸਮਰੱਥ ਹੋਣਗੇ, ਉੱਥੇ ਉਹਨਾਂ ਦੀ ਖੇਤੀ ਪ੍ਰਤੀ ਜਿਹੜਾ ਨਿਰਾਸ਼ਾਤਮਕ ਰਵੱਈਆ ਏ ਉਹ ਵੀ ਘੱਟ ਹੋਏਗਾ। ਦੂਜੇ ਪਾਸੇ ਨੇੜੇ ਦੇ ਪਿੰਡਾਂ ਦੇ ਕਿਸਾਨ ਕਾਲਜ ਦੇ ਇਸ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕਰ ਰਹੇ ਨੇ। ਉਹਨਾਂ ਕਿਹਾ ਕਿ ਕਾਲਜ ਵੱਲੋਂ ਜਿਹੜਾ ਖੇਤੀ ਦਾ ਮਾਡਲ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਹੈ, ਉਸਨੇ ਉਹਨਾਂ ਦੀ ਆਮਦਨ ਵਿੱਚ ਜਿੱਥੇ ਵੱਡਾ ਵਾਧਾ ਕੀਤਾ ਹੈ, ਉੱਥੇ ਬਿਨਾਂ ਕਿਸੇ ਕੀਟਨਾਸ਼ਕ ਦੇ ਪੈਦਾ ਕੀਤੀ ਔਰਗੈਨਿਕ ਫਸਲ ਲੋਕਾਂ ਦੀ ਸਿਹਤ ਲਈ ਵੀ ਕਾਫੀ ਫਾਇਦੇਮੰਦ ਸਿੱਧ ਹੋ ਰਹੀ ਹੈ। ਮੈਂ ਇਸ ਬਾਰੇ ਕਹਿਣਾ ਚਾਹੁੰਦਾ ਹਾਂ ਵੀ ਜਿਹੜਾ ਖੇਤੀ ਹੈ ਬਹੁਤ ਲਾਹੇਵੰਦ ਹੈ, ਵਧੀਆ ਤਰੀਕੇ ਨਾਲ ਬਣਾਈ ਗਈ ਹੈ ਅਤੇ ਇਸ ਦੇ ਸਾਨੂੰ ਗਾਹਾਂ ਵੀ ਲਾਭ ਹੋਣਗੇ, ਜਿਸ ਦੇ ਵਿੱਚ ਨਾ ਤਾਂ ਕੋਈ ਕਿਸੇ ਕਿਸਮ ਦੀ ਦਵਾਈ ਲੱਗਦੀ ਹੈ, ਨਾ ਰਸਾਇਣਕ ਖਾਦਾਂ ਹੁੰਦੀਆਂ ਹਨ ਅਤੇ ਵਧੀਆ ਲਾਹੇ ਵਾਲਾ ਵਾਧੇ ਵਾਲਾ ਇਸ ਪ੍ਰੋਗਰਾਮ ਹੈ। ਅਤੇ ਮੈਂ ਵੀ ਇਸ ਨੂੰ ਦੇਖ ਕੇ ਬੜਾ ਖੁਸ਼ ਹੋਇਆ ਅਤੇ ਮੈਂ ਵੀ ਆਸ ਕਰਦਾ ਹਾਂ ਕਿ ਮੈਂ ਵੀ ਆਪਣੇ ਘਰ ਵਿਖੇ ਇਹੋ ਜਿਹੀ ਖੇਤੀ ਕਰਾਂ ਅਤੇ ਮੈਂ ਵੱਧ ਮੁਨਾਫਾ ਕਮਾ ਸਕਾਂ। ਅਤੇ ਜੋ ਕਾਲਜ ਦੇ ਇਸ ਉਪਰਾਲੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਸ਼੍ਰੋਮਣੀ ਕਮੇਟੀ ਅਤੇ ਕਾਲਜ ਦਾ ਇਹ ਬਹੁਤ ਵਧੀਆ ਉਪਰਾਲਾ ਹੈ, ਜਿਨ੍ਹਾਂ ਨੇ ਕਿ ਬੜੇ ਉੱਦਮ ਦੇ ਨਾਲ ਆਪਣੇ ਤਨ ਮਨ ਦੇ ਨਾਲ ਇੱਥੇ ਜੋ ਖੇਤੀ ਕੀਤੀ ਹੈ, ਦਿਨ ਰਾਤ ਮਿਹਨਤ ਕੀਤੀ ਹੈ ਅਤੇ ਇਸ ਨੂੰ ਬਹੁਤ ਵੱਧ ਚੜ੍ਹ ਕੇ ਤਿਆਰ ਕੀਤਾ ਗਿਆ ਹੈ ਅਤੇ ਦੇਖਣ ਨੂੰ ਬੜੀ ਸੋਹਣੀ ਲੱਗਦੀ ਹੈ ਅਤੇ ਕਈ ਤਰ੍ਹਾਂ ਦੀਆਂ ਸਬਜ਼ੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ ਇੱਥੇ। ਅਤੇ ਸਾਨੂੰ ਵੀ ਇਹੋ ਜਿਹਾ, ਸਾਰਿਆਂ ਨੂੰ ਇਹੋ ਜਿਹਾ ਉਪਰਾਲਾ ਦੇਖ ਕੇ ਆਪਣੇ ਘਰ ਆਪਣੀ ਖੇਤੀ ਕਰਨੀ ਚਾਹੀਦੀ ਹੈ। ਇਹ ਜੋ ਉਪਰਾਲਾ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦੇ ਪ੍ਰਿੰਸੀਪਲ ਸਾਹਿਬ ਦੇ ਉਦਮਾਂ ਸਦਕਾ ਚੱਲ ਰਿਹਾ ਹੈ, ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਸਾਡਾ ਏਰੀਆ ਜੋ ਕਿ ਕੰਢੀ ਏਰੀਏ ਦੇ ਨਾਂ ਨਾਲ ਮਸ਼ਹੂਰ ਹੈ, ਛੋਟੀ ਕਿਰਸਾਨੀ ਹੈ ਇੱਥੇ, ਅਤੇ ਉਹਨਾਂ ਦੇ ਲਈ ਬੜੀ ਇੱਕ ਵਧੀਆ ਸੇਧ ਦਿੱਤੀ ਜਾ ਰਹੀ ਹੈ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦੇ ਸਮੁੱਚੇ ਸਟਾਫ ਵੱਲੋਂ, ਜੋ ਕਿ ਇਸ ਖੇਤੀ ਦੇ ਇੱਥੇ ਜੁੜੇ ਹੋਏ ਨੇ, ਜੋ ਇੱਥੇ ਪੋਲੀ ਹਾਊਸ ਦੇ ਵਿੱਚ ਜਿਵੇਂ ਕਿ ਬਹੁਤ ਵਧੀਆ ਆਪਣਾ ਵਿਦੇਸ਼ੀ ਫਸਲਾਂ ਦਾ ਆਪਣੀ ਜੋ ਖੇਤੀ ਸ਼ੁਰੂ ਕੀਤੀ ਗਈ ਹੈ, ਜੋ ਕਿ ਬਹੁਤ ਹੀ ਮਤਲਬ ਕਿਸਾਨੀ ਨੂੰ ਲਾਹੇਵੰਦ ਦੇ ਤੌਰ 'ਤੇ ਜਾਣੀ ਜਾ ਸਕਦੀ ਹੈ। ਅਸੀਂ ਉਹਦੇ ਬਾਰੇ ਇਹ ਕਹਿਣਾ ਚਾਹੁੰਦੇ ਕਿ ਖੇਤੀ ਬਹੁਤ ਲਾਹੇਵੰਦ ਹੈ,
ਅਸੀਂ ਆਪਣੇ ਪਿੰਡ ਦੇ ਸੰਗ ਲੋਕਾਂ ਨੂੰ ਵੀ ਦੱਸਦੇ ਹਾਂ ਵੀ ਜਿਹੜੀ ਖੇਤੀ ਹੈ ਵੀ ਭਾਈ ਇੱਦਾਂ ਕਰੋ, ਬੂਟੇ ਲਾਓ, ਸਬਜ਼ੀਆਂ ਲਾਓ, ਨਾ ਕੋਈ ਖਾਦ ਲਾਓ, ਨਾ ਕੋਈ ਉੱਦਾਂ ਦੀ ਚੀਜ਼ ਲਾਓ, ਦਵਾਈਆਂ ਦਵੂਈਆਂ, ਜੋ ਕਿ ਖੇਤੀ ਵਧੀਆ ਤਰੀਕੇ ਨਾਲ ਕਰ ਸਕੇ, ਕੋਈ ਜਿਹੜੀ ਅੱਗੇ ਦੀਆਂ ਬਿਮਾਰੀਆਂ ਲੱਗਦੀਆਂ ਬਿਮਾਰੀਆਂ ਨਾ ਲੱਗਣ। ਸਰ ਖੇਤੀ ਇਸ ਤਰ੍ਹਾਂ ਦੀਆਂ ਮੈਨੂੰ 6 ਮਹੀਨੇ ਹੋ ਗਏ ਜੀ, ਮੈਂ ਲੋਕਲ ਹੀ ਰਹਿਣ ਵਾਲਾ ਜੀ ਇੱਥੋਂ ਦਾ ਜੀ। ਇਹ ਜਿਹੜੀ ਖੇਤੀ ਹੋ ਰਹੀ ਨਾ, ਇੱਕ ਤਾਂ ਜੀ ਇਹ ਔਰਗੈਨਿਕ ਖੇਤੀ ਹੈ ਜੀ, ਇਹ 'ਚ ਨਾ ਕੋਈ ਖਾਦ, ਕੋਈ ਰਸਾਇਣਿਕ ਜੋ ਵੀ ਆਪਾਂ ਕੀਟਨਾਸ਼ਕ ਦਵਾਈਆਂ ਇਸਤੇਮਾਲ ਕਰਦੇ ਹਾਂ ਬਿਲਕੁਲ ਨਹੀਂ ਹੋ ਰਹੀਆਂ ਜੀ, ਅਤੇ ਵਧੀਆ ਤਰੀਕੇ ਨਾਲ ਖੇਤੀ ਤਿਆਰ ਕਰ ਰਹੇ ਜੀ ਆਪਾਂ ਜੀ। ਸਾਨੂੰ ਵੀ ਬਹੁਤ ਜ਼ਿਆਦਾ ਸਿੱਖਣ ਨੂੰ ਕੋਈ ਮਿਲ ਰਿਹਾ ਜੀ ਇੱਥੋਂ, ਅਤੇ ਇਹ ਜਿਹੜੀ ਫਸਲ ਲੱਗ ਰਹੀ ਹੈ ਜੀ, ਇੱਕ ਤਾਂ ਕਿਸਾਨ ਇਹਦੇ ਨਾਲ ਜਾਗਰੂਕ ਹੋਊਗੇ ਜੀ, ਘੱਟ ਖਰਚਾ ਕਰਕੇ ਅਤੇ ਵਧੀਆ ਆਮਦਨ ਕਮਾਉਣਗੇ, ਅਤੇ ਦੂਜਾ ਇਹ ਗੱਲ ਹੈ ਜੀ ਬਾਕੀ ਇਹ ਜਿਹੜੀ ਬਰੋਕਲੀ ਵਗੈਰਾ ਹੋ ਗਈ ਹੈ, ਇਹਨਾਂ ਨੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਵਗੈਰਾ ਠੀਕ ਹੁੰਦੀਆਂ, ਜਿਵੇਂ ਆਪਣਾ ਸਰਜੀਕਲ ਰੱਖ ਲਓ, ਕੋਈ ਆਪਣਾ ਸੈੱਲ ਵਗੈਰਾ ਜਿਵੇਂ ਘੱਟਦੇ ਆ ਅੱਜ ਕੱਲ੍ਹ ਜ਼ਿਆਦਾ ਆਉਂਦੀਆਂ ਬਿਮਾਰੀਆਂ ਜੀ, ਵਧੀਆ ਤਰੀਕਿਆਂ ਤਿਆਰ ਹੋਈ, ਸਾਨੂੰ ਵੀ ਕਾਫੀ ਕੁਝ ਸਿੱਖਣ ਨੂੰ ਮਿਲਿਆ ਜੀ, ਬਾਕੀ ਵਧੀਆ ਤਰੀਕੇ ਨਾਲ ਕੰਮ ਚੱਲ ਰਿਹਾ ਜੀ, ਅੰਦਰ ਵੀ ਆਪਾਂ ਕਾਫੀ ਕੁਝ ਤਿਆਰ ਕੀਤਾ ਜੀ। ਜਿਵੇਂ ਜ਼ੀਰੋ ਲਾਈਨ ਨਿਊਜ਼ ਲਈ ਸ਼੍ਰੀ ਅਨੰਦਪੁਰ ਸਾਹਿਬ ਤੋਂ ਭਗਵੰਤ ਸਿੰਘ ਦੀ ਰਿਪੋਰਟ।